ਬਠਿੰਡਾ ਵਿੱਚ ਪੁੱਡਾ ਵੱਲੋਂ ਜਦੋਂ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਸਨ ਤਾਂ ਪੁਲਿਸ ਪ੍ਰਸ਼ਾਸਨ ਦੀ ਮਦਦ ਲਈ ਗਈ। ਇਸ ਦੌਰਾਨ ਵਿਰੋਧ ਹੋਣ ਲੱਗਾ। ਬਠਿੰਡਾ ਸਿਵਲ ਹਸਪਤਾਲ ਵਿੱਚ ਦਾਖਲ ਦੋ ਔਰਤਾਂ ਨੇ ਮਹਿਲਾ ਪੁਲਿਸ ਉੱਤੇ ਭਾਰੀ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ, ਜਿਨ੍ਹਾਂ ਵਿੱਚੋਂ ਇੱਕ ਔਰਤ 2 ਮਹੀਨੇ ਦੀ ਗਰਭਵਤੀ ਹੈ। ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਗਰਭਵਤੀ ਔਰਤ ਦੇ ਪੇਟ ਵਿੱਚ ਪਲ ਰਹੇ ਬੱਚੇ ਨੂੰ ਨੁਕਸਾਨ ਪੁੱਜਿਆ ਹੈ। ਡਾਕਟਰ ਦਾ ਕਹਿਣਾ ਹੈ ਕਿ ਸੰਭਾਵਨਾ ਗਰਭਪਾਤ ਦੀ ਹੈ, ਪਰੰਤੂ ਬਾਕੀ ਅਲਟਰਾਸਾਊਂਡ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ। ਉੱਥੇ ਹੀ ਔਰਤਾਂ ਨੇ ਪੁਲਿਸ ਉੱਤੇ ਗੰਭੀਰ ਦੋਸ਼ ਲਗਾਏ ਹਨ। ਸਿਵਲ ਹਸਪਤਾਲ ਬਠਿੰਡਾ ਦੀ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ 2 ਲੜਕੀਆਂ ਜਿਹੜੀਆਂ ਕਿ ਵਿਆਹੁਤਾ ਨੇ, ਉਹਨਾਂ 'ਚੋਂ ਇੱਕ ਦਾ ਨਾਮ ਬੱਧੋ ਕੌਰ ਹੈ, ਦੂਜੀ ਦਾ ਨਾਮ ਸੰਦੀਪ ਕੌਰ ਹੈ। ਉਹ ਇਹ ਕਹਿ ਕੇ ਦਾਖਲ ਹੋਈਆਂ ਨੇ ਕਿ ਉਹਨਾਂ ਦੇ ਪ੍ਰਸ਼ਾਸਨ ਦੁਆਰਾ ਘਰ ਢਾਹ ਦਿੱਤੇ ਗਏ ਨੇ ਅਤੇ ਪੁਲਿਸ ਨੇ ਉਹਨਾਂ ਦੀ ਮਾਰਕੁੱਟ ਕੀਤੀ ਹੈਗੀ। ਇਹਨਾਂ ਦੋਨਾਂ ਵਿੱਚੋਂ ਜਿਹੜੀ ਬੱਧੋ ਕੌਰ ਹੈ, ਉਹਦਾ ਕਹਿਣਾ ਕਿ ਉਹ 2 ਮਹੀਨੇ ਤੋਂ ਪ੍ਰੈਗਨੈਂਟ ਸੀਗੀ। ਜਦੋਂ ਉਹ ਇੱਥੇ ਐਮਰਜੈਂਸੀ ਆਈ, ਅਸੀਂ ਉਹਨੂੰ ਚੈੱਕ ਕੀਤਾ ਤਾਂ ਉਸ ਟਾਈਮ ਉਹਦੇ ਅੰਦਰੂਨੀ ਅੰਗਾਂ ਦੇ ਵਿੱਚੋਂ ਜਿਹੜੀ ਹੈਗੀ ਤਾਜ਼ੀ ਬਲੀਡਿੰਗ, ਐਕਟਿਵ ਬਲੀਡਿੰਗ ਹੋ ਰਹੀ ਸੀ। ਉਸ ਤੋਂ ਬਾਅਦ ਔਰਤਾਂ ਦੇ ਰੋਗਾਂ ਦੇ ਮਾਹਰ ਡਾਕਟਰ ਤੋਂ ਸਲਾਹ ਲਈ ਗਈ। ਔਰਤਾਂ ਦੇ ਰੋਗਾਂ ਦੇ ਮਾਹਰ ਡਾਕਟਰ ਡਾਕਟਰ ਅਲਕਾ ਦੁਆਰਾ ਵੀ ਜਦੋਂ ਚੈੱਕ ਕੀਤਾ ਗਿਆ, ਉਹਨਾਂ ਨੇ ਵੀ ਇਹੀ ਪਾਇਆ ਕਿ ਇਹ ਪ੍ਰੈਗਨੈਂਟ ਸੀ ਔਰ ਇਹਦੇ ਮਾਰਕੁੱਟ ਕਰਕੇ ਜਿਹੜਾ ਹੈਗਾ ਵੀ ਇਹਦੇ ਜਿਹੜਾ ਹੈਗਾ ਬੱਚੇ ਨੂੰ ਕੋਈ ਨੁਕਸਾਨ ਹੋਇਆ। ਹੋ ਸਕਦਾ ਹੈ ਕਿ ਉਹ ਬੱਚਾ ਜਿਹੜਾ ਹੈਗਾ ਉਹਦਾ ਗਰਭਪਾਤ ਹੋ ਗਿਆ ਹੋਵੇ, ਅਬੋਰਟ ਹੋ ਗਿਆ ਹੋਵੇ, ਪਰੰਤੂ ਇਸ ਚੀਜ਼ ਦੀ ਜਿਹੜੀ ਕਨਫਰਮੇਸ਼ਨ ਹੈਗੀ ਉਹ ਕੱਲ੍ਹ ਨੂੰ ਇਹਦਾ ਅਲਟਰਾਸਾਊਂਡ ਅਤੇ ਬਾਕੀ ਟੈਸਟ ਹੋਣ ਤੋਂ ਬਾਅਦ ਹੋ ਸਕੇਗੀ। ਇਨਕਰੋਚਮੈਂਟ ਹਟਾਉਣਾ ਹੋਰ ਗੱਲ ਹੁੰਦਾ ਜੀ। ਇਹ ਦੇਖੋ ਲਗਾਤਾਰ ਜੋ 25 ਸਾਲ ਤੋਂ ਉੱਥੇ ਇਹਨਾਂ ਦੇ ਘਰ ਬਣਾਏ ਹੋਏ ਆ ਔਰ ਟੈਕਸ ਵੀ ਪੇ ਕਰ ਰਹੇ ਆ ਔਰ ਬਿਜਲੀ ਦਾ ਬਿੱਲ ਭਰ ਰਹੇ ਆ, ਪਾਣੀ ਦਾ ਬਿੱਲ ਭਰ ਰਹੇ ਆ। ਅਤੇ ਮੈਂ ਵਿਕਟਮ ਦੇ ਨਾਲ ਗੱਲ ਕੀਤੀ, ਕਹਿੰਦੇ ਸਾਨੂੰ ਉਸ ਟਾਈਮ 'ਤੇ ਜੋ ਅਕਾਲੀ ਜਾਂ ਕਾਂਗਰਸ ਦੇ ਕੌਂਸਲਰ ਸੀ, ਸਾਨੂੰ ਵੋਟਾਂ ਲਈ ਉੱਥੇ ਪਹਿਲਾਂ ਰਹਿਣ ਬਸੇਰਾ ਸਾਡਾ ਕਰਵਾਇਆ ਗਿਆ 25 ਸਾਲ ਦਾ ਪਹਿਲਾਂ ਉੱਥੇ। ਅਤੇ ਹੁਣ ਸਾਨੂੰ ਜੋ ਬਿਨਾਂ ਕੋਈ ਨੋਟਿਸ ਦਿੱਤੇ, ਲੀਗਲੀ ਨੋਟਿਸ ਦਿੱਤੇ, ਸਾਡਾ ਜੋ ਉੱਥੇ ਘਰ ਢਾਏ ਗਏ, ਇੱਥੋਂ ਤੱਕ ਘਰ ਹੀ ਨਹੀਂ ਢਾਏ ਗਏ, ਇਹਨਾਂ 'ਚ ਜੋ ਵੀ ਸਮਾਨ ਸੀ ਵਿਚਾਰਿਆਂ ਦਾ ਵਿੱਚ ਸਾਰਾ ਦੱਬ ਗਿਆ ਉਹਦੇ। ਔਰ ਮੈਂ ਜਦੋਂ ਮੌਕੇ 'ਤੇ ਗਿਆ ਤਾਂ ਮੈਂ ਦੇਖਿਆ 2 ਲੜਕੀਆਂ ਜੋ ਵਿਚਾਰੀਆਂ ਸੀ, ਬੜਾ ਉੱਚੀ ਉੱਚੀ ਉਹਨੂੰ ਰੌਲਾ ਪਾ ਰਹੀਆਂ ਸੀਗੀਆਂ। ਤਾਂ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਕੀ ਗੱਲ ਹੋ ਗਈ। ਇੱਕ ਲੜਕੀ ਨੇ ਮੈਨੂੰ ਦੱਸਿਆ ਕਿ ਮੈਨੂੰ ਥਾਣੇ ਚੱਕ ਕੇ ਲੈ ਗਏ ਸਿਵਲ ਲਾਈਨ ਥਾਣਾ ਔਰ ਉੱਥੇ ਸਾਨੂੰ ਇਹਨਾਂ ਦੋਨੋਂ ਲੜਕੀਆਂ ਨੂੰ ਉੱਥੇ ਚੁੱਕ ਕੇ ਲੈ ਗਏ ਸੀਗੇ ਔਰ ਜਦੋਂ ਇਹਨਾਂ ਨੇ ਉੱਥੇ ਗੱਲਬਾਤ ਦੱਸਣ ਦੀ ਕੋਸ਼ਿਸ਼ ਕੀਤੀ ਅਤੇ ਡਰਾਇਆ ਧਮਕਾਇਆ ਗਿਆ ਉਹਨੂੰ, ਫਿਰ ਉੱਥੇ ਛੱਡ ਗਏ ਦੁਬਾਰਾ ਫਿਰ। ਔਰ ਉਹਨਾਂ ਨੇ ਦੱਸਿਆ ਕਿ ਸਾਡੇ ਪੇਟ ਦੇ ਵਿੱਚ ਜੋ ਪੁਲਿਸ ਮੁਲਾਜ਼ਮ ਸੀਗੀਆਂ ਕੋਈ ਲੜਕੀਆਂ ਨਾਲ, ਉਹਨੇ ਲੱਤਾਂ ਮਾਰੀਆਂ ਔਰ ਉਹ ਲੜਕੀ ਦਾ ਜੋ ਹੈ ਅਬੋਰਟ ਹੋ ਗਿਆ। ਮੈਂ ਡਾਕਟਰ ਸਾਹਿਬ ਨਾਲ ਗੱਲ ਵੀ ਕੀਤੀ, ਉਹ ਕਹਿੰਦੇ ਜ਼ਿਆਦਾ ਚਾਂਸਿਸ ਇਹੀ ਹੈ ਕਿਉਂਕਿ ਬਹੁਤ ਜ਼ਿਆਦਾ ਬਲੀਡਿੰਗ ਹੋ ਗਈ ਹੈ ਔਰ ਦੂਸਰੀ ਲੜਕੀ ਦੇ ਬਹੁਤ ਸੱਟਾਂ ਹੈ। ਦੇਖੋ ਇਨਕਰੋਚਮੈਂਟ ਹਟਾਉਣਾ ਨਾ ਹਟਾਉਣਾ ਵੱਖ ਗੱਲਾਂ, ਪਰ ਇਸ ਤਰ੍ਹਾਂ ਦਾ ਜੋ ਘਟੀਆ ਹਰਕਤ ਕਰਨੀ, ਲੜਕੀਆਂ ਦੇ ਪੇਟ ਦੇ ਵਿੱਚ ਲੱਤਾਂ ਮਾਰਨੀਆਂ, ਉਹਨਾਂ ਨੂੰ ਅਬੋਰਟ ਹੋ ਗਿਆ, ਉਹਨਾਂ ਦਾ ਮਿਸਕੈਰੇਜ ਹੋ ਗਿਆ ਜੋ, ਤਾਂ ਇਹ ਬੜੀ ਘਿਨਾਉਣੀ ਹਰਕਤ ਹੈ। ਮੈਨੂੰ ਸਮਝ ਨਹੀਂ ਲੱਗ ਰਹੀ ਵੀ ਬਠਿੰਡਾ ਦੀ ਜੋ ਪੁਲਿਸ ਹੈ ਜਾਂ ਬਠਿੰਡਾ ਦਾ ਪ੍ਰਸ਼ਾਸਨ ਹੈ ਕਿਉਂ ਅਜਿਹੀਆਂ ਹਰਕਤਾਂ ਕਰਦਾ ਕਿ ਵਾਰ ਵਾਰ ਉਹਨਾਂ ਨੂੰ ਇਹਨਾਂ ਗੱਲਾਂ ਕਰਕੇ ਜਲੀਲ ਹੋਣਾ ਪੈਂਦਾ ਹੈ।